ਪੱਥਰੀ ਦਾ ਆਪਰੇਸ਼ਨ ਕਰਵਾਉਣ ਆਏ ਨੌਜਵਾਨ ਦੀ ਵਿਗੜੀ ਸਿਹਤ, ਪਰਿਵਾਰ ਮੁਤਾਬਿਕ ਹੋ ਚੁੱਕੀ ਹੈ ਮੌਤ, ਡਾਕਟਰਾਂ ਦਾ ਕਹਿਣਾ ਜ਼ਿੰਦਾ ਹੈ ਨੌਜਵਾਨ, ਵੈਂਟੀਲੇਟਰ ਤੇ ਲੈ ਰਿਹਾ ਸਾਹ। ਪੱਥਰੀ ਦਾ ਇਲਾਜ ਕਰਾਉਣ ਆਏ ਨੌਜਵਾਨ ਦੀ ਹਸਪਤਾਲ ਦੇ ਵਿੱਚ ਤਬੀਅਤ ਇੰਨੀ ਵਿਗੜ ਗਈ ਕਿ ਉਸਨੂੰ ਵੇਖ ਕੇ ਪਰਿਵਾਰ ਦਾ ਕਹਿਣਾ ਹੈ ਕਿ ਉਸਦੀ ਮੌਤ ਹੋ ਚੁੱਕੀ ਹੈ, ਜਦਕਿ ਹਸਪਤਾਲ ਵਾਲੇ ਦੱਸ ਰਹੇ ਨੇ ਕਿ ਉਹ ਹਾਲੇ ਵੀ ਸਾਹ ਲੈ ਰਿਹਾ। ਜਿਸ 'ਤੇ ਪਰਿਵਾਰ ਨੇ ਕਿਹਾ ਕਿ ਵੈਂਟੀਲੇਟਰ 'ਤੇ ਪਾ ਕੇ ਡਾਕਟਰ ਜਾਣ ਬੁੱਝ ਕੇ ਉਸਨੂੰ ਜਿਉਂਦਾ ਸਾਬਿਤ ਕਰਨ 'ਤੇ ਲੱਗੇ ਹੋਏ ਨੇ। ਜਿਸ 'ਤੇ ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ, ਜਦਕਿ ਡਾਕਟਰਾਂ ਨੇ ਇਹਨਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਅਤੇ ਕਿਹਾ ਉਹ ਹਾਲੇ ਵੀ ਜਿਉਂਦਾ ਹੈ ਅਤੇ ਉਸਦੀ ਹਾਰਟ ਰੇਟ ਅਤੇ ਪਲਸ ਹਾਲੇ ਵੀ ਚੱਲ ਰਹੀ ਹੈ ਅਤੇ ਉਸਨੂੰ ਇਲਾਜ ਦੇ ਲਈ ਦੂਸਰੇ ਹਸਪਤਾਲ ਰੈਫਰ ਕਰਨਾ ਪਵੇਗਾ, ਜਿਸ 'ਤੇ ਪਰਿਵਾਰ ਦੇ ਵੱਲੋਂ ਮਨਜ਼ੂਰੀ ਹਾਲੇ ਤੱਕ ਨਹੀਂ ਦਿੱਤੀ ਗਈ। ਪੂਰਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਮਹਿਲਾ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਇਹ ਆਪਣੇ ਪਤੀ ਨੂੰ ਆਪਰੇਸ਼ਨ ਦੇ ਲਈ ਹਸਪਤਾਲ ਲੈ ਕੇ ਆਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਆਸ਼ੂ, ਜਿਸ ਦੀ ਉਮਰ 38 ਸਾਲ ਹੈ, ਉਸਨੂੰ ਗੁਰਦੇ ਦੇ ਵਿੱਚ ਪੱਥਰੀ ਦੀ ਸਮੱਸਿਆ ਸੀ, ਜਿਸ ਕਰਕੇ ਉਸਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਪਰ ਦੇਰ ਰਾਤ ਉਸਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਅਤੇ ਡਾਕਟਰਾਂ ਵੱਲੋਂ ਉਸਨੂੰ ਖਾਣ ਦੇ ਲਈ ਇੱਕ ਗੋਲੀ ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਦਾ ਬੇਟਾ ਇੱਕਦਮ ਬੇਸੁੱਧ ਹੋ ਗਿਆ ਅਤੇ ਡਾਕਟਰਾਂ ਦੇ ਵੱਲੋਂ ਉਸਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ ਗਿਆ। ਉਹਨਾਂ ਕਿਹਾ ਕਿ 12 ਵਜੇ ਦੇ ਕਰੀਬ ਤੱਕ ਉਹਨਾਂ ਦੇ ਬੇਟੇ ਨੂੰ ਕੋਈ ਹੋਸ਼ ਨਹੀਂ ਸੀ ਅਤੇ ਨਾ ਹੀ ਡਾਕਟਰ ਕੋਈ ਸਹੀ ਜਵਾਬ ਦੇ ਰਹੇ ਸੀ। ਉਹਨਾਂ ਨੇ ਸ਼ੱਕ ਜਤਾਇਆ ਕਿ ਉਹਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ, ਪਰ ਡਾਕਟਰਾਂ ਦੇ ਵੱਲੋਂ ਉਸਨੂੰ ਵੈਂਟੀਲੇਟਰ 'ਤੇ ਲਗਾਇਆ ਹੋਇਆ ਅਤੇ ਅੰਮ੍ਰਿਤਸਰ ਰੈਫਰ ਕਰਨ ਦੀ ਗੱਲ ਕਰ ਰਹੇ ਨੇ, ਜੋ ਕਿ ਉਹ ਆਪਣੇ ਗਲੋਂ ਇਹ ਖਹਿੜਾ ਛੁਡਵਾ ਸਕਣ। ਉਹਨਾਂ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਕਰਕੇ ਉਹਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ। ਉਹਨਾਂ ਮੰਗ ਕੀਤੀ ਹੈ ਕਿ ਡਾਕਟਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਤਾਂ ਇਸ ਸੰਬੰਧੀ ਜਦੋਂ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨੌਜਵਾਨ ਦਾ ਪੱਥਰੀ ਦਾ ਆਪਰੇਸ਼ਨ ਬਿਲਕੁਲ ਸਫਲ ਹੋ ਚੁੱਕਿਆ ਸੀ, ਪਰ ਅਚਾਨਕ ਰਾਤ ਨੂੰ ਇਸਦੇ ਦਿਮਾਗ ਦੇ ਵਿੱਚ ਕਲੋਟ ਆਉਣ ਲੱਗੇ, ਜਿਸ ਕਾਰਨ ਇਸਦੀ ਤਬੀਅਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਇਸਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ ਗਿਆ ਅਤੇ ਨਿਊਰੋ ਸਰਜਨ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਕਿ ਇਸ ਨੌਜਵਾਨ ਦਾ ਇਲਾਜ ਹੋ ਸਕੇ। ਪਰ ਪਰਿਵਾਰ ਨੇ ਸਵੇਰੇ ਹੀ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ, ਪਰ ਨੌਜਵਾਨ ਹਾਲੇ ਵੀ ਜ਼ਿੰਦਾ, ਉਸਦੀ ਪਲਸ ਅਤੇ ਬੀਪੀ ਹਾਲੇ ਵੀ ਚੱਲ ਰਿਹਾ ਅਤੇ ਡਾਕਟਰਾਂ ਦੇ ਵੱਲੋਂ ਇਲਾਜ ਦੇ ਲਈ ਅੰਮ੍ਰਿਤਸਰ ਉਸਨੂੰ ਰੈਫਰ ਕੀਤਾ ਜਾ ਰਿਹਾ ਹੈ, ਪਰ ਪਰਿਵਾਰ ਉਸਨੂੰ ਅੰਮ੍ਰਿਤਸਰ ਨਹੀਂ ਭੇਜਣ ਦੇ ਰਿਹਾ ਅਤੇ ਬਾਹਰ ਧਰਨਾ ਲਗਾ ਕੇ ਬੈਠਾ। ਮੇਰਾ ਨਾਮ ਸ਼ਿਲਪਾ, ਮੇਰੇ ਹਸਬੈਂਡ ਦਾ ਨਾਮ ਆਸ਼ੂ ਹੈ। ਉਹਨਾਂ ਨੂੰ ਸਿਰ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਅਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ, ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ। ਕੱਲ੍ਹ ਰਾਤੀ ਇਹਨਾਂ ਨੇ ਸਾਡਾ ਆਪਰੇਟ ਕੀਤਾ, 6 ਵਜੇ ਲੈ ਕੇ ਗਏ ਆ ਅਤੇ 10 ਵਜੇ ਆਪਰੇਸ਼ਨ ਕਰਕੇ ਨੀਚੇ ਆ ਗਏ ਆ। ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਅਤੇ ਡਾਕਟਰ ਨਾਲ ਗੱਲ ਕੀਤੀ ਹੈ, ਡਾਕਟਰ ਨੇ ਇੱਕ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ, ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾ ਦਿੱਤੀ। ਜਦੋਂ ਇਹਨਾਂ ਨੇ ਮੂੰਹ 'ਚ ਗੋਲੀ ਪਾਈ ਹੈ ਅਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣ ਲੱਗ ਪਈ ਅਤੇ ਇਹ ਵੀ ਨਹੀਂ ਕਹਿੰਦੇ ਕਿ ਤੂੰ ਸ਼ਿਲਪਾ ਉੱਪਰ ਚੱਲ ਜਾ, ICU ਵਿੱਚ ਇਹ ਰੁਕਣ ਨਹੀਂ ਦੇਣ ਦੇ ਲਾਂਗੇ। ਜਿੱਦਾਂ ਹੀ ਮੈਂ ਉੱਪਰ ਚੱਲ ਗਈ ਅਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਅਤੇ ਮੈਨੂੰ ਕਹਿੰਦੀ ਕਿ ਨੀਚੇ ਆਓ ਜਲਦੀ। ਮੈਂ ਜਿੱਦਾਂ ਹੀ ਆਈ ਤਾਂ ਆਉਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰਨ ਦਿਆ ਸਰ ਉਸ ਟਾਈਮ 'ਤੇ, ਅਤੇ ਸਾਰੇ ਉਹਨਾਂ ਨੂੰ ਪ੍ਰੈਸ ਕਰਨ ਦੇ 2 ਵਜੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ, ਉਹਨਾਂ ਨੂੰ ਕੋਈ ਹੋਸ਼ ਨਹੀਂ ਆਉਂਦੀ, ਕੋਈ ਟ੍ਰੀਟਮੈਂਟ ਨਹੀਂ ਹੋ ਰਿਹਾ ਸਰ ਇਹਨਾਂ ਦਾ। ਪਲੀਜ਼ ਇਹਨਾਂ ਦਾ ਕੁਛ ਕਰੋ ਯਾਰ। ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ 'ਚ ਕਲੋਟ ਬਣ ਗਿਆ ਵਾ, ਉਹ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ, ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜ਼ੋਰ ਦੀ ਆਵਾਜ਼ ਲਗਾਈ ਹੈ ਕਿ ਮੇਰੀ ਦਰਦ ਹੋ ਰਹੀ ਆ। ਉਸ ਤੋਂ ਬਾਅਦ ਸਰ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ। ਡਾਕਟਰ ਕੀ ਕਹਿ ਰਿਹਾ ਸੀ?
ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹੋਸਪਿਟਲ ਵਿੱਚ ਲੈ ਕੇ ਚਲੇ ਜਾਓ। ਅਸੀਂ ਸਵੇਰ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਹੋ, ਇੱਥੇ ਡਾਕਟਰ ਬੁਲਾ ਦਿਓ, ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ। ਆਪਰੇਟ ਕਿਹੜੇ ਡਾਕਟਰ ਨੇ ਕੀਤਾ ਸੀਗਾ? ਗੱਲ ਉਹ ਨੀ ਆ, ਓਪਰੇਸ਼ਨ ਕਿੰਨੇ ਕੀਤਾ, ਓਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ? ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀ ਆ, ਹੋਸ਼ ਨਹੀਂ ਕਰ ਰਹੇ ਹੋ ਤਾਂ ਕਿਉਂ ਹੋਇਆ? ਆਪਾਂ ਤੇ ਇੱਥੇ ਕੁਝ ਇੱਕ ਪੱਤਰੀ ਵਾਸਤੇ ਆਏ ਸੀ ਤੇ ਸਾਡੀ ਤੇ ਆਸ਼ੂਤੋਸ ਸੀਗਾ, ਇਹ ਸਾਡੇ ਕੋਲ ਕਰੀਬਨ 5 ਦਿਨ ਪਹਿਲਾਂ ਆਇਆ ਸੀਗਾ। ਜਦੋਂ ਆਇਆ ਸੀਗਾ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀਗੀ, ਔਰ ਮੇਰੇ ਕੋਲ ਇਹ ਆ ਕੇ ਕਹਿ ਰਿਹਾ ਸੀ ਕਿ ਮੇਰਾ ਪੈਰ ਗੋਡੇ 'ਚ ਪੱਥਰੀ ਹੈ, ਉਹਦਾ ਆਪਰੇਸ਼ਨ ਕਰ ਦਿਉ। ਉਹਨਾਂ ਚਿਰ ਅਸੀਂ ਆਪਰੇਸ਼ਨ ਨਹੀਂ ਕਰ ਸਕਦੇ ਜਿੰਨਾ ਚਿਰ ਤੱਕ ਉਹਦੀ ਇਨਫੈਕਸ਼ਨ ਠੀਕ ਨਾ ਹੋਏ। ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ, ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ। ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ, ਸਰਜਰੀ ਦੇ ਵਿੱਚ ਕੋਈ ਕੰਪਲੀਕੇਸ਼ਨ ਨਹੀਂ। ਉਸ ਤੋਂ ਬਾਅਦ 1:30 ਵਜੇ ਰਾਤੀ ਅੰਦਾਜ਼ਾ ਉਹਨਾਂ ਨੂੰ ਦੌਰਾ ਆਇਆ, ਸੀਜ਼ਰ ਆਇਆ। ਸੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ 'ਚੋਂ ਝੱਗ ਨਿਕਲੀ ਆ ਅਤੇ ਲੱਤਾਂ ਬਾਹਾਂ ਦੀ ਵੀਕਨੈਸ, ਰਾਈਟ ਸਾਈਡ ਦੀ ਵੀਕਨੈਸ ਆਈ। ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡਿਕ ਐਂਡ ਪਲਮਨਰੀ ਅਰੈਸਟ 'ਤੇ ਗਿਆ। ਉਹ ਨਾਲ ਅਸੀਂ CPR ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ, ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ। ਸਾਰੇ ਕੰਮ ਨੂੰ ਸਾਰੀ ਟੀਮ, ਸਾਰੇ ਅਨਸਥੈਟਿਸਟ, ਮੈਡੀਕਲ ਸਪੈਸ਼ਲਿਸਟ ਸਾਰੇ ਜਾਣਿਆਂ ਨੇ ਰਲ ਕੇ ਟੀਮ ਵਰਕ ਕੀਤਾ। ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਣਦਾ ਸੀ ਉਹ ਹਦਰੰਗ ਦਾ ਹੀ ਦਿਖ ਰਿਹਾ ਸੀ ਤੁਹਾਨੂੰ। ਓਪਰੇਸ਼ਨ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਸੀਗਾ, ਉਹ ਹਦਰੰਗ ਦੇ ਇਲਾਜ ਕਰਕੇ ਅਸੀਂ ਪੇਸ਼ੈਂਟ CT ਕਰਾਈ। CT ਵੀ ਰਾਤ ਨੂੰ ਅਸੀਂ 4 ਡਾਕਟਰ ਨਾਲ ਗਏ, ਫਿਰ CT ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਖੁਦ ਜਾ ਕੇ। ਉਹ CT ਤੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹਨੂੰ ਹਦਰੰਗ ਦਾ ਦੌਰਾ ਆਇਆ। ਉਹਦੇ ਘਰਦਿਆਂ ਨੂੰ ਦੱਸਿਆ ਗਿਆ ਕਿ ਹਾਂ ਬਈ ਇਹਨੂੰ ਹਦਰੰਗ ਦਾ ਦੌਰਾ ਹੈ, ਇਹਨੂੰ ਕਿਸੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ। ਪਰ ਉਹ ਲਗਾਤਾਰ ਇਸ ਚੀਜ਼ ਨੂੰ ਰਿਫਿਊਜ਼ ਕਰ ਰਹੇ ਆ, ਰਾਤ ਦੇ ਕਰ ਰਹੇ ਆ, ਤਕਰੀਬਨ 1:30 ਵਜੇ 3:30 3:30 ਵਜੇ ਤੋਂ ਰਿਫਿਊਜ਼ ਕਰ ਰਹੇ ਆ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ, ਸਾਡਾ ਪੇਸ਼ੈਂਟ ਜਾਂ ਇੱਥੋਂ ਜਿੰਦਾ ਜਾਊ ਜਾਂ ਮਰਿਆ ਜਾਊ। ਇਹ ਬਹੁਤ ਐਜ਼ ਏ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਾਊ ਜਾਂ ਮਰਿਆ ਜਾਊ ਇਹ ਮੈਨੂੰ ਨਹੀਂ ਹਜ਼ਮ ਹੁੰਦੀ ਗੱਲ। ਡਾਕਟਰ ਨੇ ਆਪਣਾ ਕੰਮ ਕੀਤਾ, ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤਾਂ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਹਾਂ, ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾਂ ਜਿੰਦਾ ਜਾਊ ਜਾਂ ਮਰਿਆ ਜਾਊ। ਇਸ ਚੀਜ਼ ਨੂੰ ਆਪਾਂ ਹੁਣੇ ਸਾਰੇ ਜਾਣੇ ਇਕੱਠੇ ਹੋ ਕੇ, ਸਾਰੇ ਮੇਰੇ ਪ੍ਰੈਸ ਵੀ ਜਾਂਦੇ ਆ ਮੇਰੇ ਨਾਲ, ਉੱਥੇ ਵੇਖਦੇ ਹਾਂ ਆਪਾਂ ਪੇਸ਼ੈਂਟ ਜਿੰਦਾ, ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ, ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲੇ ਹਾਂ, ਇਹ ਹੈ ਉਹ ਹੈ। ਬਹੁਤ ਗਲਤ ਗੱਲ ਹੈ, ਇਹ ਸਮਾਜ ਦੇ ਵਿੱਚ ਮਾੜੇ ਅਨਸਰ ਜਿਹੜੇ ਆ ਇਹਨਾਂ ਨੂੰ ਦੂਰ ਕੀਤਾ ਜਾਵੇ। ਨਿਊਰੋਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਉਂਦੇ ਆ, ਨਿਊਰੋਸਰਜਨ ਨਾਲ ਟੈਲੀਫੋਨਿਕਲੀ ਕੰਸਲਟੇਸ਼ਨ ਰਾਤੀ ਕਰ ਲਈ ਸੀ, ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਭੇਜੋ। ਡਾਕਟਰ ਸਾਹਿਬ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰ ਨੇ ਕਹਿਤਾ ਕਿ ਸਾਨੂੰ ਕਿ ਪੇਸ਼ੈਂਟ ਦਾ ਡੈਥ ਵਾ, ਹੁਣ ਇਹ ਸਿਰਫ ਆਪਣੀ ਖਲਾਸੀ ਕਰਾਉਣ ਵਾਸਤੇ ਕਹਿਣ ਡਏ ਕਿ ਉੱਥੇ ਲਾ ਜਾਓ। ਇਹ ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਰਦੇ ਟ੍ਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ, ਤੁਸੀਂ ਟੈਕਨੀਕਲ ਬੰਦੇ ਹੋ, ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਪ੍ਰੈਸ ਵਾਲੇ ਬੰਦੇ ਹੋ, ਤੁਸੀਂ ਮੋਨੀਟਰ ਦੇ ਹੋ ਤੇ ਪੜ੍ਹਨਾ ਜਾਣਦੇ ਹੀ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ, ਇੱਥੇ BP ਆ ਰਿਹਾ ਕਿ ਨਹੀਂ ਆ ਰਿਹਾ, ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ, ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਲੈਂਦੇ। ਪਰਿਵਾਰ ਨੂੰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਕਿ ਮਰੀਜ਼ ਨੂੰ ਜੇ ਬਚਾਉਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਚੁੱਕ ਕੇ ਬਾਹਰ ਭੇਜ ਸਕਦੇ, ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਾਨੂੰ ਸਹਿਮਤੀ ਨਹੀਂ ਦਿੰਦੇ।
ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਏ। ਸ਼ਿਫਟ ਕਰਨ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਐਂਬੂਲੈਂਸ ਔਰ ਆਪਣਾ ਵੈਂਟੀਲੇਟਰ ਵਾਲੀ ਐਂਬੂਲੈਂਸ ਸਾਰਾ ਸਟਾਫ ਵੀ ਨਾਲ ਭੇਜਾਂਗਾ, ਇਹ ਮੇਰੀ ਰਿਸਪੋਂਸੀਬਿਲਟੀ ਹੋਏਗੀ। ਇੱਕ ਡਾਕਟਰ ਇੱਕ ਡਾਕਟਰ ਵਾਲੀ ਵੱਡੀ ਟੀਮ ਹੈ ਇਸ ਵੇਲੇ ਇੱਥੇ ਬੱਠੀ ਹੋਈ ਹੈ, ਤੁਹਾਨੂੰ ਸਾਰਿਆਂ ਨੂੰ ਵੇਖ ਕੇ ਕਿੰਨੇ ਕੁ ਪਰਸੈਂਟ ਚਾਂਸ ਆ ਗਏ ਜੇ ਉਹਨੂੰ ਰੈਫਰ ਕਰਤਾ ਜਾਏ ਤਾਂ ਬਸ। ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ, ਰੱਬ ਨਹੀਂ ਹੁੰਦਾ। ਇਹਦੇ ਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ, ਉਹ ਏਡੇ ਵੱਡੇ ਸੰਤ ਨੇ ਕਹਿਤਾ, ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗਲਤ।